ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸਤਿਯੁਗ ਵਿੱਚ ॠषि मुनि ਤੇ ਦੇਵੀ ਦੇਵਤਾ ਬ੍ਰਹਮਾ ਜੀ ਤੇ ਵਿਸ਼ਨੂੰ ਜੀ ਨੇ ਹਜ਼ਾਰਾਂ ਸਾਲ ਤਪੱਸਿਆ ਕੀਤੀ ਉਹਦੇ ਬਾਅਦ ਉਹਨਾਂ ਨੂੰ ਤੁਹਾਡੇ ਦਰਸ਼ਨ ਹੋਏ ਗੁਰੂ ਜੀ ਇਹ ਤੁਹਾਡਾ ਪਿਆਰ ਹੈ ਕਿ ਸਾਡੇ ਲਈ ਤੁਸੀਂ ਇਨਸਾਨ ਦੇ ਜਮੇ ਵਿੱਚ ਆਏ ਤੇ ਸਾਨੂੰ ਆਪਣੇ ਚਰਨ ਕਮਲਾਂ ਦੇ ਨਾਲ ਜੋੜਿਆ ਲੱਖ ਲੱਖ ਸ਼ੁਕਰਾਨਾ ਗੁਰੂ ਜੀ ਮਹਾਰਾਜ ਅਸੀਂ ਐਨੇ ਪੂਜਾ ਪਾਠ ਨਹੀਂ ਕੀਤੇ ਪਰ ਫੇਰ ਵੀ ਤੁਸੀਂ ਸਾਨੂੰ ਪਿਆਰ ਤੇ ਬlesingਸ ਦੇਣ ਵਾਸਤੇ ਸਾਨੂੰ ਤਾਰਨ ਵਾਸਤੇ ਇਹ ਮਨੁੱਖ ਚੋਲੇ 'ਚ ਆਏ ਤੁਹਾਡਾ ਸਵਾਹ ਸਵਾਹ ਸ਼ੁਕਰਾਨਾ ਅਸੀਂ ਸੁਣਦੇ ਹਾਂ ਕਿ ਬੱਚਾ ਜਦੋਂ ਮਾਂ ਦੇ ਪੇਟ 'ਚ ਹੁੰਦਾ ਹੈ ਉਸ ਵੇਲੇ ਉਸ ਦੀ ਲਿਵ ਤੁਹਾਡੇ ਨਾਲ ਯਾ ਰੱਬ ਦੇ ਨਾਲ ਲੱਗੀ ਹੁੰਦੀ ਹੈ ਤੇ ਉਹ ਪ੍ਰਣ ਲੈਂਦਾ ਹੈ ਕਿ ਉਹ ਜਨਮ ਲੈਣ ਤੋਂ ਬਾਅਦ ਤੁਹਾਡੀ ਬੰਦਗੀ ਕਰਦਾ ਰਹੂਗਾ ਉਸ ਵੇਲੇ ਉਸ ਦੇ ਨੌਂ ਦੁਆਰ ਬੰਦ ਹੁੰਦੇ ਨੇ ਤੇ ਉਹ ਅੰਦਰ ਦੀ ਦੁਨੀਆ ਨਾਲ ਕਨੈਕਟਡ ਹੁੰਦਾ ਹੈ ਰੱਬ ਨਾਲ ਕਨੈਕਟਡ ਹੁੰਦਾ ਹੈ ਪਰ ਜਦੋਂ ਉਹਦਾ ਜਨਮ ਹੁੰਦਾ ਹੈ ਤਾਂ ਉਸਦੇ ਨੌਂ ਦੁਆਰ ਬਾਹਰ ਖੁੱਲਦੇ ਨੇ ਜੋ ਇਹਨੂੰ ਬਾਹਰ ਦੀ ਦੁਨੀਆ 'ਚ ਪਟਕਾਉਂਦੇ ਨੇ ਤੇ ਇਹ ਪੂਜਾ ਪਾਠ ਤੇ ਬੰਦਗੀ ਪੁੱਲ ਜਾਂਦਾ ਹੈ ਜੋ ਪ੍ਰਣ ਕੀਤਾ ਸੀ ਉਹ ਵੀ ਪੁੱਲ ਜਾਂਦਾ ਹੈ ਪਰ ਫਿਰ ਵੀ ਤੁਸੀਂ ਸਾਡੇ ਤੇ ਅਸੀਮ ਕਿਰਪਾ ਕਰਕੇ ਸਾਡੇ ਪਹਿਲੇ ਕੋਟੇ ਕਰਮ ਬਖਸ਼ੇ ਤੇ ਸਾਡੀ ਬਾਹ ਫੜ ਤੇ ਆਪਣੇ ਚਰਨ ਕਮਲਾਂ ਦੇ ਨਾਲ ਜੋੜਿਆ ਤੇ ਆਪਣੀ ਰਹਿਮਤਾਂ ਵਰਸਾਈਆਂ ਇਨਾ ਪਿਆਰ ਤੇ ਰਹਿਮਤਾਂ ਲਈ ਲੱਖ ਲੱਖ ਸ਼ੁਕਰਾਨਾ ਗੁਰੂ ਜੀ ਮਹਾਰਾਜ ਤੁਸੀਂ ਹੀ ਮਾਤਾ ਹੋ ਔਰ ਪਿਤਾ ਵੀ ਵਿਣ ਬੋਲਿਆ ਸਭ ਕੁਝ ਜਾਣਦਾ ਜਿਸ ਤਰ੍ਹਾਂ ਮਾਂ ਆਪਣੇ ਛੋਟੇ ਬੱਚੇ ਦੀ ਹਰ ਇੱਕ ਗੱਲ ਜਾਣਦੀ ਹੈ ਜਦੋਂ ਬੱਚਾ ਬੋਲਣਾ ਵੀ ਨਹੀਂ ਜਾਣਦਾ ਫਿਰ ਵੀ ਉਸ ਦੀ ਮਾਂ ਸਮਝ ਜਾਂਦੀ ਹੈ ਕਿ ਬੱਚੇ ਨੂੰ ਕੀ ਚਾਹੀਦਾ ਹੈ ਉਸੇ ਤਰ੍ਹਾਂ ਮਹਾਰਾਜ ਤੁਸੀਂ ਵੀ ਸਾਡੇ ਦਿਲ ਵਿੱਚ ਸਾਨੂੰ ਕੀ ਚਾਹੀਦਾ ਹੈ ਉਹ ਅਸੀਂ ਸੋਚਦੇ ਹੀ ਹਾਂ ਤੇ ਤੁਸੀਂ ਕਿੰਨੀ ਵਾਰ ਉਸ ਨੂੰ ਸਾਨੂੰ ਬles ਕਰ ਦਿੰਦੇ ਹੋ ਕਿੰਨੀ ਵਾਰ ਜੋ ਅਸੀਂ ਸੋਚਿਆ ਵੀ ਨਹੀਂ ਹੁੰਦਾ ਹੈ ਜੋ ਇੰਪੋਸੀਬਲ ਲੱਗਦਾ ਹੈ ਉਸ ਨੂੰ ਪੋਸੀਬਲ ਕਰਕੇ ਬles ਕਰ ਦਿੰਦੇ ਹੋ ਤੇ ਕਈ ਵਾਰ ਸਹੀ ਸਮੇਂ ਆਂ ਤੇ ਬles ਕਰਦੇ ਹੋ ਇਹਨਾਂ ਸਭੀ ਬlesਸਿੰਗਸ ਲਈ ਕੋਟੀ ਕੋਟੀ ਸ਼ੁਕਰਾਨਾ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਗੁਰੂ ਜੀ ਮਹਾਰਾਜ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਕੁਝ ਵੀ ਸਮਝ ਨਹੀਂ ਆਉਂਦਾ ਕਿ ਕੀ ਕਰੀਏ ਕੀ ਨਾ ਕਰੀਏ ਸਤ ਰਪ ਹਨੇਰਾ ਛਾ ਜਾਂਦਾ ਹੈ ਸਭ ਕੁਝ ਨੈਗੇਟਿਵ ਤੇ ਇੰਪੋਸੀਬਲ ਲੱਗਦਾ ਹੈ ਉਸ ਵੇਲੇ ਤੁਸੀਂ ਆਂਦੇ ਹੋ ਤੇ ਜਿੱਥੇ ਕੋਈ ਦਰਵਾਜ਼ਾ ਨਜ਼ਰ ਨਹੀਂ ਆਉਂਦਾ ਸੀ ਉੱਥੇ ਦਰਵਾਜ਼ਾ ਬਣਾ ਦਿੰਦੇ ਹੋ ਤੇ ਜੋ ਕੰਮ ਇੰਪੋਸੀਬਲ ਲੱਗਦੇ ਸੀਗੇ ਉਹ ਪੋਸੀਬਲ ਕਰ ਦਿੰਦੇ ਹੋ ਇੱਕ ਰਸਤਾ ਬੰਦ ਹੁੰਦਾ ਚਾਰ ਰਬ ਖੋਲਦਾ ਏ ਇਹ ਤੁਸੀਂ ਪ੍ਰੈਕਟੀਕਲ ਕਰਕੇ ਦਿਖਾਉਂਦੇ ਹੋ ਗੁਰੂ ਜੀ ਮਹਾਰਾਜ ਜਦੋਂ ਵੀ ਔਖੀ ਘੜੀ ਆਉਂਦੀ ਏ ਤੁਸੀਂ ਹਮੇਸ਼ਾ ਸਾਡੀ ਬਾਹ ਫੜ ਕੇ ਸਾਨੂੰ ਮੁਸ਼ਕਿਲ ਤੋਂ ਮੁਸ਼ਕਿਲ ਘੜੀ ਵਿੱਚੋਂ ਬਾਹਰ ਕੱਢ ਲੈਂਦੇ ਹੋ ਹਰ ਇੰਪੋਸੀਬਲ ਨੂੰ ਪੋਸੀਬਲ ਬਣਾਉਣ ਦਾ ਸ਼ੁਕਰਾਨਾ ਸਾਡੀ ਬਾਹ ਫੜ ਕੇ ਸਾਨੂੰ ਬਿੱਗਨ ਤੋਂ ਬਚਾਉਣ ਦਾ ਸ਼ੁਕਰਾਨਾ ਹਰ ਪਲ ਅੰਗ ਸੰਗ ਰਹਿਣ ਦਾ ਸ਼ੁਕਰਾਨਾ ਹਰ ਵੇਲੇ ਸਾਡੀ ਰੱਖਿਆ ਕਰਨ ਦਾ ਸ਼ੁਕਰਾਨਾ ਗੁਰੂ ਜੀ ਮਹਾਰਾਜ ਅਸੀਂ ਬਚਪਨ ਤੋਂ ਹੀ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਾਂ ਪਰ ਕਦੀ ਵੀ ਉਹਨਾਂ ਨੂੰ ਫੀਲ ਨਹੀਂ ਕੀਤਾ ਉਹ ਸਾਡੇ ਨਾਲ ਹਨ ਔਰ ਨਾ ਹੀ ਕਦੀ ਉਹਨਾਂ ਦਾ ਪਿਆਰ ਉਹਨਾਂ ਦੇ ਪਿਆਰ ਨੂੰ ਫੀਲ ਕਰ ਸਕੇ ਨਾ ਹੀ ਉਹਨਾਂ ਦਾ ਪਿਆਰ ਨੂੰ ਕਦੀ ਮਹਿਸੂਸ ਕੀਤਾ ਇਦਾਂ ਲੱਗਦਾ ਸੀਗਾ ਕਿ ਮੰਦਿਰ ਜਾ ਕੇ ਕੋਈ ਕੰਮ ਖਤਮ ਕੀਤਾ ਪੰਡਿਤ ਜੀ ਨੇ ਸੰਸਕ੍ਰਿਤ ਵਿੱਚ ਸ਼ਲੋਕ ਯਾ ਅਰਚਨਾ ਪੜ੍ਹ ਦਿੱਤੀ ਸਾਨੂੰ ਸਮਝ ਆਈ ਜਾਂ ਨਹੀਂ ਆਈ ਕੋਈ ਫਰਕ ਨਹੀਂ ਪਿਆ ਪਰ ਇਹ ਸੋਚ ਲਿਆ ਕਿ ਦੇਵੀ ਦੇਵਤਾ ਨੂੰ ਸੰਸਕ੍ਰਿਤ ਆਉਂਦੀ ਹੈ ਤੇ ਉਹ ਇਹਦੇ ਨਾਲ ਖੁਸ਼ ਹੋ ਗਏ ਹੋਣਗੇ ਤੇ ਸਾਨੂੰ ਬਲੈਸ ਕਰ ਦਿੱਤਾ ਹੋਊਗਾ ਇਹ ਵੀ ਫੀਲ ਨਹੀਂ ਹੋਇਆ ਕਿ ਉਹ ਸਾਡੇ ਅੰਗ ਸੰਗ ਹਨ ਪਰ ਮੇਰੇ ਮਾਲਿਕ ਗੁਰੂ ਜੀ ਮਹਾਰਾਜ ਤੁਸੀਂ ਹਰ ਪਲ ਸਾਡੇ ਅੰਗਸੰਗ ਰਹਿੰਦੇ ਹੋ ਤੇ ਪਲ-ਪਲ ਇਹਦਾ ਸਾਨੂੰ ਅਹਿਸਾਸ ਹੁੰਦਾ ਏ ਤੁਹਾਡਾ ਪਿਆਰ ਤੇ ਬlesਸਿੰਗਸ ਹਰ ਪਲ ਫੀਲ ਹੁੰਦਾ ਏ ਕਦੀ ਤੁਸੀਂ ਜੋਤਿ ਦਰਸ਼ਨ ਦਿੰਦੇ ਹੋ ਕਦੀ ਓਮ ਦੇ ਦਰਸ਼ਨ ਦੇ ਦੇ ਕੇ ਅਹਿਸਾਸ ਕਰਾਉਂਦੇ ਹੋ ਕਿ ਤੁਸੀਂ ਸਾਡੇ ਨਾਲ ਹੋ ਕਦੀ ਆਪਣੀ ਫਰੇਗਰੈਂਸ ਬlesਸ ਕਰਕੇ ਦੱਸ ਦਿੰਦੇ ਹੋ ਕਿ ਤੁਸੀਂ ਅੰਗਸੰਗ ਹੋ ਕਦੀ ਡ੍ਰੀਮਸ ਵਿੱਚ ਦਰਸ਼ਨ ਦੇ ਕੇ ਕਦੀ ਵਿਜਨ ਚ ਕਦੀ ਟੈਲੀਪੈਥੀ ਨਾਲ ਮੈਸੇਜ ਦੇ ਕੇ ਸਾਨੂੰ ਬles ਕਰ ਦਿੰਦੇ ਹੋ ਤੇ ਮਹਿਸੂਸ ਕਰਾ ਜਾਂਦੇ ਹੋ ਕਿ ਇੱਕ ਇੱਕ ਪਲ ਤੁਸੀਂ ਸਾਡੇ ਨਾਲ ਹੋ ਤੇ ਇੱਕ ਇੱਕ ਸੈਕਿੰਡ ਤੁਹਾਡੀ ਨਜ਼ਰ ਸਾਡੇ ਸਾਰਿਆਂ ਤੇ ਹੈ ਸਾਨੂੰ ਇੰਨਾ ਪਿਆਰ ਫੀਲ ਕਰਾਉਣ ਦਾ ਸ਼ੁਕਰਾਨਾ ਸਾਡੇ ਕਸ਼ਟ ਅਤੇ ਕਰਮ ਆਪਣੇ ਉੱਤੇ ਲੈਣ ਦਾ ਸ਼ੁਕਰਾਨਾ ਇਹਨਾਂ ਸਭ ਰਹਿਮਤਾ ਵਰਸਾਨ ਦਾ ਸ਼ੁਕਰਾਨਾ ਸੇ ਸਿਮਰੇ ਜਿਨ ਆਪ ਸਿਮਰਾਈ ਤੇ ਇੱਕ ਹੋਰ ਸ਼ਬਦ ਹੈਗਾ ਨਦਰ ਕਰੇ ਤਾਂ ਸਿਮਰਿਆ ਜਾਏ ਦੇ ਨਾਲ ਗੁਰੂ ਜੀ ਮਹਾਰਾਜ ਤੁਸੀਂ ਸਾਨੂੰ ਸਮਝਾਇਆ ਕਿ ਜਦ ਤੱਕ ਤੁਹਾਡੀ ਨਦਰ ਨਹੀਂ ਹੋਵੇਗੀ ਤੁਹਾਡੀ ਮਿਹਰ ਨਹੀਂ ਹੋਵੇਗੀ ਤਦ ਤੱਕ ਅਸੀਂ ਤੁਹਾਡਾ ਧਿਆਨ ਤੁਹਾਡਾ ਨਾਮ ਮੰਤਰ ਜਾਪ ਤੁਹਾਡਾ ਸਿਮਰਨ ਵੀ ਨਹੀਂ ਕਰ ਸਕਦੇ ਅਗਰ ਅਸੀਂ ਇਹ ਸੋਚਦੇ ਹਾਂ ਕਿ ਸਾਨੂੰ ਤੁਹਾਡੇ ਬਾਰੇ ਸਭ ਕੁਝ ਪਤਾ ਹੈ ਕੀ ਤੁਹਾਨੂੰ ਕੀ ਚੰਗਾ ਲੱਗਦਾ ਹੈ ਕੀ ਖਾਣਾ ਚੰਗਾ ਲੱਗਦਾ ਹੈ ਕੀ ਪੀਣਾ ਚੰਗਾ ਲੱਗਦਾ ਹੈ ਕੀ ਤੁਹਾਨੂੰ ਹੋਰ ਵੀ ਕੀ ਕੀ ਚੰਗਾ ਲੱਗਦਾ ਹੈ ਤੇ ਤੁਸੀਂ ਸਾਨੂੰ ਸਮਝਾਉਂਦੇ ਹੋ ਊਂਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਤੇ ਉੱਜਾ ਇੱਕ ਸ਼ਬਦ ਹੈਗਾ ਜਿਹਦੇ ਨਾਲ ਤੁਸੀਂ ਸਮਝਾਉਂਦੇ ਹੋ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਤ ਕੀ ਦੀਜੀ ਜਦ ਦੇਵੀ ਦੇਵਤਾ ਕਿੰਨੇ ਹਜ਼ਾਰਾਂ ਸਾਲ ਤੇ ਕਿੰਨੇ ਯੁਗਾਂ ਤੋਂ ਤੁਹਾਡੇ ਨਾਲ ਰਹਿ ਕੇ ਵੀ ਤੁਹਾਨੂੰ ਨਹੀਂ ਜਾਣ ਸਕੇ ਤੇ ਅਸੀਂ ਕਿੱਦਾਂ ਜਾਣ ਸਕਦੇ ਹਾਂ ਸਾਨੂੰ ਇਹ ਸੋਝੀ ਦੇਣ ਵਾਸਤੇ ਕਿ ਕੋਈ ਵੀ ਤੁਹਾਨੂੰ ਨਹੀਂ ਜਾਣ ਸਕਦਾ ਤੁਹਾਡਾ ਤੁਹਾਡੇ ਗੁਣਾਂ ਨੂੰ ਨਹੀਂ ਬਿਆਨ ਕਰ ਸਕਦਾ ਤੁਹਾਡਾ ਲੱਖ ਲੱਖ ਸ਼ੁਕਰਾਨਾ ਸਾਨੂੰ ਇਹ ਸਮਝਾਉਣ ਦਾ ਸ਼ੁਕਰਾਨਾ ਕਿ ਮੰਤਰ ਜਾਪ ਨਾਲ ਸਾਡੀ ਆਤਮਾ ਨੂੰ ਸ਼ਕਤੀ ਮਿਲਦੀ ਹੈ ਕਿ ਅਸੀਂ ਮੁਸ਼ਕਿਲ ਤੋਂ ਮੁਸ਼ਕਿਲ ਸਮੇਂ ਤੋਂ ਪਾਰ ਹੋ ਸਕਦੇ ਹਾਂ ਸਾਨੂੰ ਇਹ ਸਮਝਾਉਣ ਦਾ ਸ਼ੁਕਰਾਨਾ ਕਿ ਕੜਾ ਪ੍ਰਸ਼ਾਦ ਤੇ ਲੰਗਰ ਪ੍ਰਸ਼ਾਦ ਨਾਲ ਸਾਡੀ ਹੈਲਥ ਤੇ ਲਾਈਫ ਦੀਆਂ ਮੁਸ਼ਕਲਾਂ ਦੂਰ ਹੁੰਦੀਆਂ ਨੇ ਸਾਨੂੰ ਜਲ ਪ੍ਰਸ਼ਾਦ ਤੇ ਸਚਕਣ ਦਾ ਪ੍ਰਸ਼ਾਦ ਬਲਸਕਰਨ ਦਾ ਸ਼ੁਕਰਾਨਾ ਸਾਨੂੰ ਇਹ ਸਮਝਾਉਣ ਦਾ ਸ਼ੁਕਰਾਨਾ ਕਿ ਗੁਰਬਾਣੀ ਸੁਣਨ ਦੇ ਨਾਲ ਕਰਮ ਖਤਮ ਹੋ ਜਾਂਦੇ ਨੇ ਸਾਨੂੰ ਸਾਥ ਸੰਗਤ ਬਿਠਾਉਣ ਦਾ ਸ਼ੁਕਰਾਨਾ ਸਾਨੂੰ ਸਕਸਣ ਬਖਸ਼ਣ ਦਾ ਸ਼ੁਕਰਾਨਾ ਹਰ ਪਲ ਸਾਡੇ ਪੈੜੇ ਖੋਟੇ ਕਰਮਾਂ ਨੂੰ ਬਖਸ਼ਣ ਦਾ ਸ਼ੁਕਰਾਨਾ hamele tu ujjal karte ham nirgun tu data hame ujjal karne ka shukrana raheem bakhsh datu kite hoy kasoor datya sanu charna chou karina tu door datya sade kite hoy kasoora nu bakhshan da shukrana swaas swaas shukrana guruji maharaj always anantam shukrana jai guruji maharaj